ਸਲਾਮ ਅਲੈਕਮ ਇਹ ਦੇਖੋ ਸਰ ਅੱਜ ਇੱਥੇ ਨਾ ਤੂਫਾਨ ਚੱਲਦਾ ਪਿਆ ਕੈਨੇਡਾ ਦੇ ਵਿੱਚ ਉਹ ਬੜਾ ਖੂਬਸੂਰਤ ਲਾਈਟਾਂ ਦੇ ਨਾਲ ਨਾ ਬਰਫ਼ ਪੈ ਰਹੀ ਹੈ ਔਰ ਨਾਲ ਨਾਲ ਸ਼ਾਮ ਦਾ ਮੌਸਮ ਹੈ ਬੜਾ ਹੀ ਪਿਆਰਾ ਲੱਗ ਰਿਹਾ ਦੇਖੋ ਇਹ ਸਾਰੇ ਜਿਹੜਾ ਨਾ ਇੱਥੇ ਸਰਦੀ ਵੀ ਹੈ ਲੇਕਿਨ ਇੰਨਾ ਕੋਈ ਖਾਸ ਨਹੀਂ ਜਿਉਂ ਜਿਉਂ ਬਰਫ਼ ਪਈ ਹੈ ਸਰਦੀ ਜਿਹੜੀ ਹੈ ਨਾ ਉਸ ਟਾਈਮ ਘੱਟ ਲੱਗਦੀ ਹੈ ਲੇਕਿਨ ਜਦੋਂ ਬਰਫ਼ ਬੰਦ ਹੋ ਜਾਂਦੀ ਹੈ ਫਿਰ ਸਰਦੀ ਸ਼ੁਰੂ ਹੁੰਦੀ ਹੈ ਅਤੇ ਹੁਣ ਜਿਹੜਾ ਨਾ ਸਾਰੇ ਲੋਕ ਆਪਣੇ ਮੋਸਟਲੀ ਸਨੋ ਸਟਾਮ ਹੈ ਅਤੇ ਉਹਨਾਂ ਨੇ ਵਾਰਨਿੰਗ ਅਲਰਟ ਕੀਤੀ ਦੀ ਹੈ ਬਾਹਰ ਨਹੀਂ ਨਿਕਲਣਾ ਲੇਕਿਨ ਜ਼ਰੂਰੀ ਆ ਜ਼ਿੰਦਗੀ ਵਾਸਤੇ ਨਿਕਲਣਾ ਹੀ ਪੈਂਦਾ ਆਪਣੇ ਕੰਮ ਕਰਨਾ ਹੀ ਪੈਂਦੇ ਨੇ ਕੁਛ ਲੋਕ ਉਂਝ ਵੈਸੇ ਸ਼ੌਕ ਨਾਲ ਨਿਕਲ ਆਉਂਦੇ ਨੇ ਇਹ ਦੇਖੋ ਨਾਲ ਨਾਲ ਸਫਾਈ ਵੀ ਕਰਦੇ ਨੇ ਵੀ ਲੇਕਿਨ ਫਿਰ ਵੀ ਉਹ ਬਰਫ਼ ਹੈ ਨਾ ਜਿਹੜੀ ਜੰਮਦੀ ਹੈ ਇੱਕ ਚਿੱਕੜ ਦੀ ਸ਼ਕਲ ਇਖਤਿਆਰ ਕਰ ਗਈ ਹੈ ਬਰਫ਼ ਇਸ ਜਗ੍ਹਾ 'ਤੇ ਨਾ ਇਹ ਦੇਖੋ ਗੱਡੀਆਂ ਦੇ ਟਾਇਰਾਂ ਨਾਲ 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 ਬਰਫ਼ ਪੈ ਰਹੀ ਹੈ ਬਿਲਕੁਲ ਮੂੰਹ ਦੇ ਉੱਤੇ ਜਿਸ ਤਰ੍ਹਾਂ ਮਿੱਟੀ ਨਹੀਂ ਲੱਗਦੀ ਰੈਜ਼ੀਡੈਂਸ਼ੀਅਲ ਬਿਲਡਿੰਗਾਂ ਨੇ ਇਹਨਾਂ ਦੇ ਸਾਹਮਣੇ ਸਾਰਾ ਕਰਦੇ ਜਾ ਰਹੇ ਨੇ ਉਹ ਬੜੀ ਤੇਜ਼ ਮੂੰਹ ਤੇ ਵੱਜਦੀ ਹੈ ਵੀ ਬਰਫ਼
ਸਾਰੇ ਆਪਣੀ ਆਪਣੀ ਜਗ੍ਹਾ ਤੇ ਖੜੋ ਗਏ। ਔਰ ਬੜਾ ਅੱਛਾ ਸਿਸਟਮ ਹੈ, ਮਤਲਬ ਐਂਬੂਲੈਂਸ ਔਰ ਫਾਇਰ ਵਾਲੇ ਜਿੱਥੇ ਗੁਜ਼ਰ ਰਹੇ ਹੁੰਦੇ ਨੇ, ਹਰ ਕੋਈ ਆਪਣਾ ਰਸਤਾ ਛੱਡ ਕੇ ਸਾਈਡ 'ਤੇ ਹੋ ਜਾਂਦਾ, ਔਰ ਜਦੋਂ ਗੁਜ਼ਰ ਜਾਂਦੀ ਹੈ ਫਿਰ ਆਪਣੇ ਬੈਕ ਟੂ ਨਾਰਮਲ। ਲੇਕਿਨ ਜ਼ਿੰਦਗੀ ਆਪਣੇ ਕਦਮ 'ਤੇ ਕਦਮ ਰੱਖ ਕੇ ਚੱਲ ਰਹੀ ਹੁੰਦੀ ਹੈ, ਉਹਦੇ ਵਿੱਚ ਕੋਈ ਮਸਲਾ ਨਹੀਂ। ਬਰਫ਼ ਪੈ ਰਹੀ ਹੈ ਅਤੇ ਜ਼ਿੰਦਗੀ ਰੁਕ ਜਾਏਗੀ ਨਹੀਂ, ਉਹ ਸਾਰੇ ਮਾਮਲਾ ਤਾਂ ਉਸੇ ਤਰ੍ਹਾਂ ਹੀ ਚੱਲਦੇ ਨੇ। ਲੇਕਿਨ ਮੈਂ ਅੱਜ ਛੁੱਟੀ ਕਰ ਗਿਆ ਕਿਉਂਕਿ ਆਲਮੋਸਟ 1 ਘੰਟਾ ਡਰਾਈਵ ਕਰਕੇ ਜਾਣਾ ਸੀ ਮੈਂ ਸਟੋਰ 'ਤੇ, ਅਤੇ ਮੈਂ ਕਿਹਾ ਰਿਸਕ ਨਹੀਂ ਲਿਆ, ਮੈਂ ਕਿਹਾ ਅੱਜ ਛੁੱਟੀ ਕਰ ਜਾ। ਉਸ ਦਿਨ ਨਾ ਇਸ ਜਗ੍ਹਾ 'ਤੇ ਮੈਂ ਰਾਤ ਨੂੰ ਆਇਆ ਜਾਬ ਤੋਂ,